ਮੈਕਸ ਹਸਪੀਟਲ ਨੂੰ ਹੁਣ ਕੇਸ ਜਿਹੜਾ ਹੈਗਾ ਉਹ ਜਿਹੜਾ ਟ੍ਰਾਇਲ ਹੈ ਉਹ ਫੇਸ ਕਰਨਾ ਹੋਵੇਗਾ। 2013 ਦਾ ਇਹ ਮਾਮਲਾ ਹੈ, ਇੱਕ ਨੌਜਵਾਨ ਦੀ ਡੈਥ ਹੋਈ ਸੀ ਜਿਹਦੇ ਵਿੱਚ ਪੇਸਮੇਕਰ ਪਾਇਆ ਗਿਆ ਸੀਗਾ, 4.5 ਲੱਖ ਦਾ ਪੇਸਮੇਕਰ ਕਹਿ ਕੇ ਦੂਜਾ ਪੇਸਮੇਕਰ ਪਾਇਆ ਗਿਆ ਸੀਗਾ, ਉਸ ਤੋਂ ਬਾਅਦ ਦੁਬਾਰਾ ਤੋਂ ਇੱਕ ਹੋਰ ਆਪਰੇਸ਼ਨ ਕੀਤਾ ਗਿਆ, ਪੇਸਮੇਕਰ ਚੇਂਜ ਕੀਤਾ ਗਿਆ, ਜਿਸ ਕਰਕੇ ਉਹ ਜਿਹੜਾ ਪੇਨ ਹੈ ਉਹ ਸਹਿਣ ਨਹੀਂ ਕਰ ਪਾਇਆ ਔਰ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ। ਹਾਲਾਂਕਿ ਪਰਿਵਾਰ ਉਸ ਤੋਂ ਬਾਅਦ ਲੇਬਰ ਕੋਰਟ ਫਿਰ ਹੋਰ ਜਿਹੜੀ ਅਦਾਲਤ ਦੇ ਵਿੱਚ ਗਿਆ, ਜਿਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਜਿਹੜੇ ਸਖ਼ਤ ਹੈ ਇਹਦੇ ਵਿੱਚ ਆਰਡਰ ਆਏ ਹੈ ਤੇ ਜਿਹੜੇ ਵੀ ਇੱਥੇ ਦੇ ਅਥਾਰਟੀਜ਼ ਨੇ ਹੋਰ CEO ਨੇ ਉਹਨਾਂ ਨੂੰ ਹੁਣ ਕੇਸ ਜਿਹੜਾ ਹੈ ਉਹ ਫੇਸ ਜਿਹੜਾ ਹੈ ਟ੍ਰਾਇਲ ਕਰਨਾ ਪਏਗਾ। ਹਾਲਾਂਕਿ ਅਸੀਂ ਕੋਸ਼ਿਸ਼ ਕੀਤੀ ਮੈਕਸ ਦੇ ਜਿਹੜੇ ਆਰਗਨਾਈਜੇਸ਼ਨ ਦੇ ਜਿਹੜੇ ਇੱਥੇ ਦੇ ਹੈੱਡ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ, ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕੈਮਰੇ ਤੇ ਨਹੀਂ ਕੀ ਗਈ। ਸਿਰਫ ਇਹ ਕਿਹਾ ਗਿਆ ਕਿ ਜਿਹੜੇ ਵੀ ਆਰਡਰਸ ਆਏ ਹੈ ਉਹਨਾਂ ਨੂੰ ਸਾਡੀ ਲੀਗਲ ਟੀਮ ਜਿਹੜੀ ਹੈ ਉਹ ਚੈੱਕ ਕਰੇਗੀ, ਡਿਸਾਈਡ ਕਰੇਗੀ ਕਿ ਅੱਗੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਅਸੀਂ ਜਵਾਬ ਦੇਣਾ। ਹਾਲਾਂਕਿ ਇਹ 2013 ਦਾ ਮਾਮਲਾ ਤੇ ਹੁਣ ਜਾ ਕੇ ਹਾਈ ਕੋਰਟ ਵੱਲੋਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਫੇਸ ਜਿਹੜਾ ਹੈ ਉਹ ਟ੍ਰਾਇਲ ਕਰਨ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਉਸ ਸਮੇਂ ਕਾਫ਼ੀ ਲਾਪਰਵਾਹੀ ਹੋਈ ਹੈ, ਕਾਫ਼ੀ ਅਣਗਹਿਲੀ ਹੋਈ ਹੈ, ਜਿਸ ਕਰਕੇ ਹਾਈ ਕੋਰਟ ਨੇ ਇਹ ਸਖ਼ਤ ਆਰਡਰ ਦਿੱਤੇ ਗਏ ਹੈ। ਫੇਸ 'ਚ ਮੋਹਾਲੀ ਦੀ ਅਸੀਂ ਗੱਲ ਕਰੀਏ ਜਿੱਥੇ ਮੈਕਸ ਹਸਪੀਟਲ ਹੈ, ਕਾਫ਼ੀ ਵੱਡਾ ਹਸਪੀਟਲ ਹੈ, ਪ੍ਰਾਈਵੇਟ ਹਸਪੀਟਲ ਹੈ, ਜਿੱਥੇ ਹੁਣ ਹਾਈ ਕੋਰਟ ਦੀ ਸਖ਼ਤ ਟਿੱਪਣੀ ਜਿਹੜੀ ਹੈ ਉਹ ਦਿੱਤੀ ਗਈ। ਹਾਲਾਂਕਿ ਕਿਸੇ ਵੀ ਅੰਦਰ ਦੇ ਜਿਹੜੇ ਆਰਗਨਾਈਜੇਸ਼ਨ ਦੇ ਲੋਕ ਨੇ ਕੋਈ ਜਿਹੜਾ ਕੰਸਰਨ ਪਰਸਨ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦਾ ਨਹੀਂ ਨਜ਼ਰ ਆਇਆ। ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨੂੰ ਜਿਹੜੀ ਪੰਜਾਬ। ਮੈਕਸ ਹਸਪੀਟਲ ਨੂੰ ਹੁਣ ਕੇਸ ਜਿਹੜਾ ਹੈਗਾ ਉਹ ਜਿਹੜਾ ਟ੍ਰਾਇਲ ਹੈ ਉਹ ਫੇਸ ਕਰਨਾ ਹੋਵੇਗਾ। 2013 ਦਾ ਇਹ ਮਾਮਲਾ ਹੈ, ਇੱਕ ਨੌਜਵਾਨ ਦੀ ਡੈਥ ਹੋਈ ਸੀ ਜਿਹਦੇ ਵਿੱਚ ਪੇਸਮੇਕਰ ਪਾਇਆ ਗਿਆ ਸੀਗਾ, 4.5 ਲੱਖ ਦਾ ਪੇਸਮੇਕਰ ਕਹਿ ਕੇ ਦੂਜਾ ਪੇਸਮੇਕਰ ਪਾਇਆ ਗਿਆ ਸੀਗਾ, ਉਸ ਤੋਂ ਬਾਅਦ ਦੁਬਾਰਾ ਤੋਂ ਇੱਕ ਹੋਰ ਆਪਰੇਸ਼ਨ ਕੀਤਾ ਗਿਆ, ਪੇਸਮੇਕਰ ਚੇਂਜ ਕੀਤਾ ਗਿਆ, ਜਿਸ ਕਰਕੇ ਉਹ ਜਿਹੜਾ ਪੇਨ ਹੈ ਉਹ ਸਹਿਣ ਨਹੀਂ ਕਰ ਪਾਇਆ ਔਰ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ। ਹਾਲਾਂਕਿ ਪਰਿਵਾਰ ਉਸ ਤੋਂ ਬਾਅਦ ਲੇਬਰ ਕੋਰਟ ਫਿਰ ਹੋਰ ਜਿਹੜੀ ਅਦਾਲਤ ਦੇ ਵਿੱਚ ਗਿਆ, ਜਿਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਜਿਹੜੇ ਸਖ਼ਤ ਹੈ ਇਹਦੇ ਵਿੱਚ ਆਰਡਰ ਆਏ ਹੈ ਤੇ ਜਿਹੜੇ ਵੀ ਇੱਥੇ ਦੇ ਅਥਾਰਟੀਜ਼ ਨੇ ਹੋਰ CEO ਨੇ ਉਹਨਾਂ ਨੂੰ ਹੁਣ ਕੇਸ ਜਿਹੜਾ ਹੈ ਉਹ ਫੇਸ ਜਿਹੜਾ ਹੈ ਟ੍ਰਾਇਲ ਕਰਨਾ ਪਏਗਾ। ਹਾਲਾਂਕਿ ਅਸੀਂ ਕੋਸ਼ਿਸ਼ ਕੀਤੀ ਮੈਕਸ ਦੇ ਜਿਹੜੇ ਆਰਗਨਾਈਜੇਸ਼ਨ ਦੇ ਜਿਹੜੇ ਇੱਥੇ ਦੇ ਹੈੱਡ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ, ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕੈਮਰੇ ਤੇ ਨਹੀਂ ਕੀ ਗਈ। ਸਿਰਫ ਇਹ ਕਿਹਾ ਗਿਆ ਕਿ ਜਿਹੜੇ ਵੀ ਆਰਡਰਸ ਆਏ ਹੈ ਉਹਨਾਂ ਨੂੰ ਸਾਡੀ ਲੀਗਲ ਟੀਮ ਜਿਹੜੀ ਹੈ ਉਹ ਚੈੱਕ ਕਰੇਗੀ, ਡਿਸਾਈਡ ਕਰੇਗੀ ਕਿ ਅੱਗੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਅਸੀਂ ਜਵਾਬ ਦੇਣਾ। ਹਾਲਾਂਕਿ ਇਹ 2013 ਦਾ ਮਾਮਲਾ ਤੇ ਹੁਣ ਜਾ ਕੇ ਹਾਈ ਕੋਰਟ ਵੱਲੋਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਫੇਸ ਜਿਹੜਾ ਹੈ ਉਹ ਟ੍ਰਾਇਲ ਕਰਨ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਉਸ ਸਮੇਂ ਕਾਫ਼ੀ ਲਾਪਰਵਾਹੀ ਹੋਈ ਹੈ, ਕਾਫ਼ੀ ਅਣਗਹਿਲੀ ਹੋਈ ਹੈ, ਜਿਸ ਕਰਕੇ ਹਾਈ ਕੋਰਟ ਨੇ ਇਹ ਸਖ਼ਤ ਆਰਡਰ ਦਿੱਤੇ ਗਏ ਹੈ। ਫੇਸ 'ਚ ਮੋਹਾਲੀ ਦੀ ਅਸੀਂ ਗੱਲ ਕਰੀਏ ਜਿੱਥੇ ਮੈਕਸ ਹਸਪੀਟਲ ਹੈ, ਕਾਫ਼ੀ ਵੱਡਾ ਹਸਪੀਟਲ ਹੈ, ਪ੍ਰਾਈਵੇਟ ਹਸਪੀਟਲ ਹੈ, ਜਿੱਥੇ ਹੁਣ ਹਾਈ ਕੋਰਟ ਦੀ ਸਖ਼ਤ ਟਿੱਪਣੀ ਜਿਹੜੀ ਹੈ ਉਹ ਦਿੱਤੀ ਗਈ। ਹਾਲਾਂਕਿ ਕਿਸੇ ਵੀ ਅੰਦਰ ਦੇ ਜਿਹੜੇ ਆਰਗਨਾਈਜੇਸ਼ਨ ਦੇ ਲੋਕ ਨੇ ਕੋਈ ਜਿਹੜਾ ਕੰਸਰਨ ਪਰਸਨ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦਾ ਨਹੀਂ ਨਜ਼ਰ ਆਇਆ। ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨੂੰ ਜਿਹੜੀ ਪੰਜਾਬ।